ਇੱਥੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ ਕੀ ਕਾਰਨ ਹੈ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਹੁਕਮ ਸੀ ਜੂਤ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਬਾਂਟੀ ਰਮਾਣਾ ਜੀ ਪ੍ਰਧਾਨ ਵੱਲੋਂ ਹੁਕਮ ਹੋਇਆ ਸੀ ਵੀ ਸਾਰੇ ਆਪਾਂ ਜ਼ਿਲ੍ਹਿਆਂ 'ਚ ਜਿਹੜਾ ਮੋਦੀ ਦਾ ਹੈਗਾ ਜਿਹੜੇ NIE ਦੇ ਸੰਮਨ ਜਾਰੀ ਕੀਤੇ ਕਿਸਾਨਾਂ ਨੂੰ ਇਹਨਾਂ ਨੇ ਜੋ ਸੈਂਟਰ ਗਵਰਨਮੈਂਟ ਨੇ NIE ਦੇ ਸੰਮਨ ਕਿਸਾਨਾਂ ਨੂੰ ਭੇਜਿਆ NIE ਇੱਕ ਉਹ ਚੀਜ਼ ਹੈ ਜਿਹੜੀ ਟੈਰਰਿਸਟ ਯਾਨੀ ਕਿ ਮੇਨ ਦੇਖਦੀ ਹੈ ਵੀ ਇੰਡੀਆ 'ਚ ਮਤਲਬ ਕਿ ਸਭ ਤੋਂ ਸਿਕਿਉਰਿਟੀ ਦੇਖਦੀ ਆ ਯਾਨੀ ਕਿ ਸਾਨੂੰ ਇਹਨਾਂ ਕਿਸਾਨਾਂ ਨੇ ਇਹਨਾਂ ਨੇ ਟੈਰਰਿਸਟ ਬਣਾ ਚੁੱਕੇ ਆ ਇਹ ਇਹਨਾਂ ਨੂੰ ਟੈਰਰਿਸਟ ਸਮਝਦੇ ਤਾਂ ਕਰਕੇ ਇਹਨਾਂ ਨੇ ਸੰਮਨ ਜਾਰੀ ਕੀਤੇ NIE ਨੇ ਮਤਲਬ ਕਿ ਕਿਸਾਨਾਂ ਵਾਸਤੇ ਉਸ ਚੀਜ਼ ਦਾ ਵਿਰੋਧ ਕੀਤਾ ਗਿਆ ਵੀ ਕਿਸਾਨ ਨੇ ਕੋਈ ਟੈਰਰਿਸਟ ਨਹੀਂ ਅਸੀਂ ਕਿਸਾਨ ਆ ਅਸੀਂ ਮਿਹਨਤ ਕਰਨ ਵਾਲੇ ਕਿਸਾਨ ਆ ਕੋਈ ਅਸੀਂ ਮਤਲਬ ਕਿ ਲੋਕਾਂ ਦੇ ਹੱਕ ਨਹੀਂ ਕਰਦੇ ਅਸੀਂ ਆਪਦਾ ਹੱਕ ਲੈਣਾ ਜਾਣਦੇ ਇਸ ਕਰਕੇ ਉਸ ਚੀਜ਼ ਦਾ ਮੋਦੀ ਦਾ ਸਰਕਾਰ ਦਾ ਪੁਤਲਾ ਫੂਕਿਆ ਗਿਆ ਕਿਸਾਨ ਅੱਜ 57 ਦਿਨਾਂ ਤੋਂ ਉੱਥੇ ਬੈਠੇ ਆ ਜੀ ਹਜੇ ਤੱਕ ਕੋਈ ਮੀਟਿੰਗ ਉਹਨਾਂ ਦੀ ਪੂਰੀ ਨਹੀਂ ਹੋਈ ਗਈ ਉਹਨਾਂ ਦਾ ਸਾਰੇ ਸਿੱਟੇ ਜਿੰਨੀਆਂ ਮੀਟਿੰਗਾਂ ਨਹੀਂ ਪੂਰੇ ਬਿਲੇ ਚੜੇ ਗਾਂ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਆ ਤੁਹਾਡਾ ਕਿਸਾਨ ਉੱਥੇ ਡਟੇ ਹੋਏ ਆ ਜੀ ਅੱਗੇ ਤੋਂ ਵੀ ਡਟੇ ਰਹਿਣਗੇ ਜਿੰਨਾ ਚਿਰ ਸਾਡੇ ਜਾਣੇ ਕਿਸਾਨਾਂ ਦੇ ਜੋ ਵੀ ਫੈਸਲੇ ਆ ਜਾਣਗੇ ਰੱਦ ਕਰਨ ਦੇ ਉਸ 'ਤੇ ਮਤਲਬ ਕਿ ਹੁੰਦੇ ਨਹੀਂ ਉਹਨਾਂ ਚਿਰ ਕਿਸਾਨ ਉੱਥੇ ਡਟੇ ਆ ਚਾਹੇ ਉਹਨਾਂ ਨੂੰ 4 ਮਹੀਨੇ ਲੱਗ ਜਾਣ ਚਾਹੇ ਸਾਲ ਲੱਗ ਜਾਏ ਕਿਸਾਨ ਉੱਥੇ ਡਟੇ ਹੀ ਰਹਿਣੇ ਆ ਅਤੇ ਸਾਡਾ ਉਹਨਾਂ ਦੇ ਨਾਲ ਸਪੋਰਟ ਹੈ ਕੱਲ੍ਹ ਦੀ ਮੀਟਿੰਗ ਦੇ ਵਿੱਚ ਸਰਕਾਰ ਵੱਲੋਂ ਕਿਹਾ ਗਿਆ ਕਿ ਇਹ 1.5 ਸਾਲ ਲਈ ਰੋਕ ਲਗਾ ਦਿੰਦੇ ਆ ਅਤੇ ਮੀਟਿੰਗ ਚੱਲਦੀ ਰਹੂਗੀ ਤੁਸੀਂ ਕਮੇਟੀ ਬਣਾਓ ਉਸ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਕਿਸਾਨ ਜਥੇਬੰਦੀਆਂ ਬੈਠੀਆਂ ਜੋ ਕਿਸਾਨ ਜਥੇਬੰਦੀ ਨੇ ਫੈਸਲਾ ਕਰਨਾ ਅਸੀਂ ਤਾਂ ਉਸ ਉਹਨਾਂ ਮੁਤਾਬਕ ਹੀ ਚੱਲਣਾ ਜੋ ਜੇ ਕਿਸਾਨ ਜਥੇਬੰਦੀ ਜੋ ਚੰਗਾ ਲੱਗੋ ਵੈਸੇ ਉਹਨਾਂ ਨੇ ਕਿਸਾਨ ਜਥੇਬੰਦੀ ਨੇ ਇਸ ਦਾ ਜਵਾਬ ਦਿੱਤਾ ਵੀ ਭਾਈ ਇਹ ਨਹੀਂ ਕਰਨਾ ਵੀ ਅਸੀਂ ਤਾਂ ਰੱਦ ਕਰਾਉਣੇ ਆ ਸਾਡਾ ਕੋਈ 1.5 ਸਾਲ ਕੋਈ 2 ਸਾਲ ਦਾ ਹੈ ਨਹੀਂ ਬਾਕੀ ਜੋ ਕਿਸਾਨ ਜਥੇਬੰਦੀ ਨੇ ਫੈਸਲਾ ਕਰਨੀ ਹੈ ਕਿਸਾਨ ਸਾਰੀ ਪਾਰਟੀਆਂ ਵੱਲੋਂ ਉਸ ਦੇ ਨਾਲ 26 ਜਨਵਰੀ ਨੂੰ ਬੁਲਾਇਆ ਗਿਆ ਕਿ ਵੱਧ ਤੋਂ ਵੱਧ ਕਿਸਾਨ ਪਹੁੰਚੋ ਆਪਣੀ ਜਥੇਬੰਦੀ 'ਚ ਕਿੰਨੇ ਬੰਦੇ ਹੋਰ ਜਾ ਰਹੇ ਉੱਥੇ ਇੱਥੇ ਸਾਰੇ ਪਿੰਡਾਂ 'ਚੋਂ ਸਾਡੀ ਜਿਹੜੀ ਜਥੇਬੰਦੀ ਹੈ ਸਾਰੇ ਪਿੰਡਾਂ ਵੱਲੋਂ ਜਥੇਦਾਰ ਜੀ ਵੱਲੋਂ ਵੀ ਤੋਤਾ ਸਿੰਘ ਵੱਲੋਂ ਵੀ ਮੱਖਣ ਬਰਾੜ ਵੱਲੋਂ ਵੀ ਹੋਰ ਸਾਰੇ ਜਥੇਬੰਦੀਆਂ ਵੱਲੋਂ ਮਤਲਬ ਕਿ ਪਿੰਡਾਂ 'ਚੋਂ ਹਰੇਕ ਟਰਾਲੀਆਂ ਟਰੈਕਟਰ ਪਹੁੰਚ ਜਾ ਰਹੇ ਨੇ ਉੱਥੇ